हाँ जी भाई, बस आप क्या सलाम वालेकुम जनाब, के हाल चाल ने? मैं ठीक हूँ भाई, प्यार हो मिठी हो, के हाल चाल? मैं ठीक ठाक हो भाई साहब, आ जाए मैं अलमोज जी जी बिल्कुल अलमोज और शेरिया मस्कत का जनाब बिल्कुल। अच्छा सैयद साहब आए ने नवे पाकिस्तान तू अमान। अच्छा सैयद साहब ने सुन के आ सैयद साहब अलमोज ए पोर शेरिया इतने नतियां ने गोरियां मोरियां लटरा पटा परपीनियां अच्छा एरिया जिनो यूरोप मिनी यूरोप आंदे। मतलब ये तुसी कह रहे हो दूजे ओमान तो दूजी जड़े उन्होंने तो ज्यादा एक्सपेंसिव एरिया है। एक्सपेंसिव एरिया क्या है? एक होता है शंगरीला बीच। अच्छा कंतापाली साहब। मतलब इतने तुसी है लोबियन बोटा में लेके तुसी जा सकते हो? जी जी बिल्कुल जा सकते हैं, अगर थोड़ी हैप्पी बर्थडे किसी की शादी है किसी की खोज है जी वो तुसी रेंट पे करो जाके करो बीच के अंदर। एक वो एक बोर्ड का कितना किराया है? मैक्सिमम 2500 रियाल एक स्मॉल मीडियम नहीं पर हेड। अगर फॉर एग्जांपल एक में एक घंटे वास्ते से एक बोट लेने हैं उधर कितने पैसे हैं? घंटे वास्ते छोटा भी छोटा मतलब छोटा बोट जो है लेके जाते हो फिर और अगर मैं फॉर एग्जांपल हफ्ते में रिहायश रखनी हो रिहायश रखनी है मोर एक्सपेंसिव 1000 पर मंथ 1000 1500 2000 ਇਹਨਾਂ ਨਾਲ ਉਹਨੇ ਦੁਬਾਰਾ ਬਣਾਇਆ ਸਪੈਸ਼ਲੀ ਸਾਨੂੰ ਨਾਲ ਮੋਜ ਅੱਜ ਲੈ ਕੇ ਆਏ ਤਾਂ ਕਿ ਸਾਨੂੰ ਦੱਸਣ ਬਾਈ ਤੁਹਾਡਾ ਜਿਹੜਾ ਏਰੀਆ ਹੈ ਕਿੰਨਾ ਪਿਆਰਾ ਹੈ ਔਰ ਇਹਦਾ ਕੀ ਹਿਸਾਬ ਕਿਤਾਬ ਹੈ। ਤੁਸੀਂ ਜਿਹੜਾ ਬੀਤੀ ਤੁਹਾਨੂੰ ਮੈਂ ਪੰਜਾਬੀ 'ਚ ਦੱਸਣਾ ਅਗਲੇ ਮਹੀਨੇ ਸਤੰਬਰ ਦੇ ਲਾਸਟ ਇੱਥੇ ਇਹ ਸਭ ਬੱਤੀਆਂ ਦੀਵੇ ਬਣਾਉਂਦੇ। ਅੱਛਾ ਲੇਕਿਨ ਪਾਕਿਸਤਾਨ ਨਹੀਂ ਬਣਦੇ ਬੱਤੀਆਂ ਜਿਵੇਂ 25 ਦਸੰਬਰ ਹੋ ਗਈ ਅਤੇ ਰਿਸ਼ਨ ਹੋ ਗਏ ਇਹਨਾਂ ਦਾ ਜਿਹੜਾ ਨੈਸ਼ਨਲ ਡੇ ਹੋਣਾ ਜੀ ਉਹਦੇ ਬਾਰੇ ਨੈਸ਼ਨਲ ਡੇ 18 ਨਵੰਬਰ ਨੂੰ ਆਉਣਾ। ਜਨਾਬ ਜ਼ਰਾ ਵਿਖਾਓ ਨਾ ਜ਼ਰਾ ਸਾਰਾ ਕੁਝ ਜਨਾਬ ਵੇਖ ਰਹੇ ਹੋ ਤੁਸੀਂ ਇਹ ਬੋਰਡ ਲੱਗੇ ਹੋਏ ਨੇ ਤੁਸੀਂ ਇਹਨੂੰ ਲੈ ਕੇ ਜਾ ਸਕਦੇ ਹੋ ਬੋਟਾਂ ਤੁਸੀਂ ਲੈ ਕੇ ਜਾ ਸਕਦੇ ਹੋ ਪਰ ਜਿਹੜਾ ਹੈਡ ਹੈ ਉਹਦਾ 7000 ਹੈ ਅਗਰ ਜਿਹੜੀ ਡਿਪੈਂਡ ਕਰਦਾ ਹੀ ਹੈ ਵਾ ਤੁਸੀਂ ਬੋਟ ਕਿਹੜੀ ਵੱਡੀ ਲੈਂਦੇ ਹੋ ਨਿੱਕੀ ਲੈਂਦੇ ਹੋ। ਸੋ ਇਹ ਮੇਰਾ ਫਸਟ ਵਲੌਗ ਹੈ ਜਿਹੜਾ ਮੈਂ ਪੰਜਾਬੀ 'ਚ ਕਰ ਰਿਹਾ ਪ੍ਰਧਾਨਿਕ ਕਿਸਮ ਦਾ ਛੋਟਾ ਜਿਹਾ ਇਹਦਾ ਐਕਸਪੀਰੀਅੰਸ ਦੰਦਾ ਸਿਖਾਉਂਦਾ ਹੈ। ਇਹ ਅਲਮੋਜ ਆ ਇੱਥੇ ਸਭ ਤੋਂ ਜ਼ਿਆਦਾ ਹੈ ਮਤਲਬ ਐਕਸਪੈਂਸਿਵ ਚੀਜ਼ਾਂ ਮਿਲਦੀਆਂ ਰਿਹਾਇਸ਼ ਵੀ ਐਕਸਪੈਂਸਿਵ ਉੱਧਰ ਚੱਕਰ ਕਰਨਾ ਉੱਧਰ ਉਹ ਇਹ 30 ਰਿਆਲ ਆਲ ਪੂਰੇ ਮੋਲ ਦੀ ਵਿਜ਼ਿਟ ਕਰਵਾਉਂਦਾ। ਅੱਛਾ ਮਤਲਬ ਇਹਦੇ 'ਤੇ ਤੁਸੀਂ ਜਾ ਕੇ ਰੈਂਟ ਲੈ ਕੇ ਕਰ ਸਕਦੇ ਹੋ ਔਰ ਏਰੀਆ ਵਿਦ ਡਰਾਈਵਰ ਵਿਦ ਡਰਾਈਵਰ। ਅੱਛਾ ਵਾਹ ਭਾਈ ਵਾਹ ਸਾਹਿਬ ਤੁਸੀਂ ਟਾਈਮ ਬਣਾਇਆ ਸਬਸਕ੍ਰਾਈਬ ਕਰੋ ਲਾਈਕ ਕਰੋ ਫਾਲੋ ਕਰੋ ਕਮੈਂਟ ਕਰੋ ਅੱਛੇ ਅੱਛੇ ਨੈਕਸਟ ਵੀਡੀਓ।